ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਕਰਫਿਊ ਜਾਰੀ ਹੈ, SDM ਨਾਭਾ ਸੂਬਾ ਸਿੰਘ ਨੇ ਨਾਭਾ ਸ਼ਹਿਰ ਵਿੱਚ ਵੱਸਦੇ ਲੋਕਾਂ ਦੇ ਲਈ ਇੱਕ ਅਹਿਮ ਫੈਸਲਾ ਲਿਆ ਹੈ। ਕੌਂਸਲਰਾਂ ਅਤੇ ਵਪਾਰੀਆਂ ਅਤੇ ਮੈਡੀਕਲ ਨਾਲ ਸੰਬੰਧਿਤ ਦੁਕਾਨਦਾਰਾਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਦੇ ਦੌਰਾਨ ਨਾਭਾ ਨੂੰ 30 ਵਾਰਡਾਂ ਦੇ ਵਿੱਚ ਵੰਡਿਆ ਗਿਆ। ਹਰ ਇੱਕ ਵਾਰਡ ਦਾ ਕੌਂਸਲਰ ਜ਼ਿੰਮੇਵਾਰ ਹੋਵੇਗਾ। ਇੱਕ ਵਾਰਡ ਦੇ ਵਿੱਚੋਂ 5 ਪਰਚੂਨ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਹਨਾਂ ਦੁਕਾਨਾਂ ਤੋਂ ਕੌਂਸਲਰ ਆਪਣੀ ਆਪਣੀ ਵਾਰਡ ਦੇ ਵਿੱਚ ਸਮਾਨ ਮੁਹੱਈਆ ਕਰਵਾਉਣਗੇ। ਇਸੇ ਤਰ੍ਹਾਂ ਇੱਕ ਵਾਰਡ ਦੇ ਮਗਰ 2 ਮੈਡੀਕਲ ਦੁਕਾਨਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਸਬਜ਼ੀਆਂ ਅਤੇ ਫਲਾਂ ਲਈ ਵੀ ਇਸੇ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਣਗੇ। SDM ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਾਲਾ ਬਾਜ਼ਾਰੀ ਕਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੇ ਦੌਰਾਨ ਸਾਰੇ ਮਹਿਕਮਿਆਂ ਦੇ ਅਫਸਰ ਸੱਦੇ ਗਏ, ਜਿਨ੍ਹਾਂ ਵਿੱਚ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸੰਬੰਧੀ ਕੌਂਸਲਰਾਂ ਅਤੇ ਵਪਾਰੀਆਂ ਨੇ SDM ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤਨਦੇਹੀ ਦੇ ਨਾਲ ਡਿਊਟੀ ਨਿਭਾਈ ਜਾਵੇਗੀ, ਕੋਈ ਵੀ ਕੋਤਾਹੀ ਨਹੀਂ ਵਰਤੀ ਜਾਵੇਗੀ। ਦੈਟ ਇੱਕ ਵਾਰਡ ਨੂੰ ਯੂਨਿਟ ਲੈ ਕੇ ਉਹਦੇ 'ਚ ਅਸੀਂ ਡੋਰ ਟੂ ਡੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, 7-8 ਆਈਟਮਾਂ ਆਇਡੈਂਟੀਫਾਈ, ਉਹ ਵੈਸੇ ਵੀ ਅਸੈਂਸ਼ੀਅਲ ਕਮੋਡਿਟੀ ਦੇ ਅੰਡਰ ਜੋ ਆਉਂਦੀਆਂ ਨੇ, ਬਟ ਜਿਹੜੀਆਂ ਵਪਾਰ ਮੰਡਲ ਦੇ ਸਹਿਯੋਗ ਨਾਲ ਜਿਹੜੀਆਂ ਜ਼ਿਆਦਾ ਹਰ ਵੇਲੇ ਘਰਾਂ 'ਚ ਯੂਜ਼ ਹੁੰਦੀਆਂ ਨੇ, ਜਿਵੇਂ ਆਟਾ ਹੋ ਗਿਆ, ਚੀਨੀ ਹੋ ਗਈ, ਸ਼ੱਕਰ ਹੋ ਗਈ, ਦਾਲਾਂ ਹੋ ਗਈਆਂ ਐਂਡ ਆਲ ਦੈਟ, ਠੀਕ ਹੈ, ਉਹਨਾਂ ਚੀਜ਼ਾਂ ਨੂੰ ਅਸੀਂ ਡੋਰ ਟੂ ਡੋਰ, ਚਾਹੇ ਉਹ ਪੈਕਟ ਬਣਾ ਕੇ ਕੋਈ 2 ਕਿਲੋ ਦਾ ਪੈਕਟ, ਕਿਸੇ ਦਾ 1 ਕਿਲੋ ਦਾ ਪੈਕਟ, ਕਿਸੇ ਦਾ 1/2 ਕਿਲੋ ਦਾ ਪੈਕਟ, ਉਹ ਅਸੀਂ ਡੋਰ ਟੂ ਡੋਰ ਸਪਲਾਈ ਕਰਾਂਗੇ ਜੀ। ਐਂਡ ਵੀ ਆਰ ਟਰਾਇੰਗ ਕਿ ਅਸੀਂ ਉਹਨੂੰ ਜਿੰਨੀ ਜਲਦੀ ਉਹ ਕਰ ਸਕੀਏ ਉਨੀ ਜਲਦੀ ਸ਼ੁਰੂ ਕਰੀਏ। ਇਸ ਤਰ੍ਹਾਂ ਹੀ ਜੀ ਅਸੀਂ ਜਿਹੜਾ ਦਵਾਈਆਂ ਦਾ ਹੈਗਾ ਉਹ ਵੀ, ਇਸ ਤੋਂ ਬਾਅਦ ਅਸੀਂ ਸਬਜ਼ੀ ਦਾ ਪਲਾਨ ਕਰਨਾ। ਸਬਜ਼ੀ ਮੰਡੀ ਦੇ ਆੜ੍ਹਤੀ ਸਾਰੇ ਅਤੇ ਉਹਨਾਂ ਦੇ ਮਾਰਕੀਟ ਕਮੇਟੀ ਦੇ ਉਹ ਜਿਹੜੇ ਔਫਿਸਰ ਨੇ ਉਹ ਸੱਦੇ ਹੈਗੇ ਨੇ, ਉਵੇਂ ਅਸੀਂ ਸਬਜ਼ੀ ਦਾ ਪਲਾਨ ਕਰ ਲੈਣਾ ਜੀ। ਡੋਰ ਟੂ ਡੋਰ ਸਪਲਾਈ ਵਾਸਤੇ ਪਬਲਿਕ ਨੂੰ ਅਲਾਓ ਨਹੀਂ ਕਰਾਂਗੇ ਮੰਡੀ ਦੇ ਵਿੱਚ, ਜਿਹੜੇ ਰੇਹੜੀਆਂ ਵਾਲੇ ਲੱਗੇ ਹੋਏ ਨੇ, ਜਿਹੜੇ ਵੈਂਡਰ ਨੇ, ਸਟਰੀਟ ਵੈਂਡਰ ਨੇ, ਉਹਨਾਂ ਸਾਰਿਆਂ ਨੂੰ ਉਹ ਲੈ ਕੇ ਆਉਣਗੇ ਸਬਜ਼ੀ ਮੰਡੀ ਦੇ ਵਿੱਚੋਂ ਅਤੇ ਉਹ ਡੋਰ ਟੂ ਡੋਰ ਸਪਲਾਈ ਕਰਨਗੇ ਜੀ। ਇਸੇ ਤਰ੍ਹਾਂ ਦਵਾਈਆਂ ਦਾ ਵੀ ਅਸੀਂ ਪਲਾਨ ਕਰ ਰਹੇ ਹਾਂ, ਸੋ ਦੈਟ ਇਹਨਾਂ 3-4 ਜਿਹੜੀਆਂ ਬੇਸਿਕ ਨੀਡਸ ਨੇ ਜੀ, ਲੋਕਾਂ ਨੂੰ, ਆਮ ਪਬਲਿਕ ਨੂੰ ਦਿੱਕਤ ਨਾ ਆਵੇ। ਸਲਮ ਏਰੀਆ ਜਿਹੜੇ ਲੋਕ ਗਰੀਬ ਹੋਵਾਂਗੇ, ਟੂ ਬੀ ਵੈਰੀ ਫਰੈਂਕ, ਬਟ ਅਸੀਂ ਬੇਸਿਕ ਲੋੜਾਂ ਜਿਹੜੀਆਂ ਉਹ ਮੁਹੱਈਆ ਕਰਾਉਣ ਦੀ ਆ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਅਤੇ ਆਈ ਐਮ ਹੋਪਫੁਲ ਕਿ ਵੀ ਵਿਲ ਬੀ ਏਬਲ ਟੂ ਡੂ ਇਟ। ਜਿਸ ਤਰ੍ਹਾਂ ਕਿ ਹਰ ਅੱਜ ਦਾ ਆਪਾਂ ਦੇਖ ਰਹੇ ਹਾਂ ਜੋ ਇੱਕ ਬੜੀ ਮਹਾਂਮਾਰੀ ਭੈਣੀ ਫੈਲੀ ਹੋਈ ਹੈ, ਉਹਦੇ ਵਿੱਚ SDM ਨਾਭਾ ਨੇ ਸਰਕਾਰ ਦੇ ਜਿਸ DC ਸਾਹਿਬ ਦੇ ਜਿਸ ਨਰੇਸਰ ਦੇ ਮੀਟਿੰਗ ਲਈ ਹੈ। ਇਹ 'ਚ ਫੈਸਲੇ ਲਏ ਨੇ ਕਿ ਜੋ ਸਾਡੇ ਵਾਰਡ ਦੇ ਜਿਹੜੇ ਪਹਿਲਾਂ ਆਪਾਂ MC ਸਾਹਿਬਾਨ ਨੇਗੇ ਉਹ ਅੱਗੇ ਹੋ ਕੇ ਸੇਵਾ ਕਰਨ, ਇੱਕ ਵਲੰਟੀਅਰ ਟੀਮ ਬਣਾਈ ਜਾਵੇ ਤਾਂ ਜੋ 5 ਬੰਦਿਆਂ ਤੋਂ ਵੱਧ ਇਕੱਠ ਨਾ ਹੋਵੇ ਅਤੇ ਜੋ ਜ਼ਰੂਰੀ ਵਸਤਾਂ ਨੇ, ਚਾਹੇ ਉਹ ਕਰਿਆਨਾ ਹੈ, ਚਾਹੇ ਉਹ ਲਾਈਕ ਮੈਡੀਸਨ ਹੈ, ਉਹ ਸਾਰੀ ਡੋਰ ਟੂ ਡੋਰ ਡਿਲੀਵਰੀ ਕੀਤੀ ਜਾਵੇ ਅਤੇ ਤਾਂ ਜੋ ਇਹ ਬਿਮਾਰੀ ਤੋਂ ਬਚਿਆ ਜਾ ਸਕੇ ਅਤੇ ਸਾਰੇ ਨੀਡਸ ਦੀ ਜ਼ਰੂਰਤ ਹੈ ਜਿਹੜੀ ਉਹ ਪੂਰੀ ਲੋਕਾਂ ਦੀ ਕੀਤੀ ਜਾ ਸਕੇ। SDM ਸਾਹਿਬ ਸੁਭਾ ਸਿੰਘ ਜੀ ਨੇ ਸਾਨੂੰ ਬੁਲਾਇਆ ਸੀ ਔਰ ਸਾਨੂੰ ਡਾਇਰੈਕਸ਼ਨਾਂ ਦਿੱਤੀਆਂ ਵੀ ਜਿੰਨੇ ਵੀ ਵਾਰਡ ਨੇ ਨਾਭੇ 'ਚ, 23 ਵਾਰਡਾਂ ਨੂੰ ਸਾਰੇ ਬੰਦਿਆਂ 'ਚ ਵੰਡਤਾ ਵੀ ਆਪਣੇ ਆਪਣੇ ਵਾਰਡ 'ਚ ਕਿਸੇ ਨੂੰ ਰਾਸ਼ਨ ਦੀ ਲੋੜ ਹੈ, ਸਬਜ਼ੀ ਦੀ ਲੋੜ ਹੈ, ਦਵਾਈ ਦੀ ਲੋੜ ਹੈ, ਵੀ ਤੁਸੀਂ ਨਿੱਜੀ ਪੱਧਰ 'ਤੇ ਜਾਓ, ਤੁਹਾਡੇ ਅਸੀਂ ਪਾਸ ਬਣਾ ਰਹੇ ਹਾਂ, ਜਾ ਕੇ ਤੁਸੀਂ ਉੱਥੇ ਉਹਨਾਂ ਦੀ ਜਿੰਨੀ ਤੁਹਾਨੂੰ ਰਿਕੁਆਇਰਮੈਂਟ ਹੈ ਲੈ ਕੇ ਉਹਨਾਂ ਦੇ ਘਰੇ ਤੁਰੰਤ ਪਹੁੰਚਾਓ। ਕਿਸਮ ਬਣਾ ਲਿਆ ਵਪਾਰ ਮੰਡਲ ਦੇ ਸਾਡੇ ਸਹਿਗਲ ਸਾਹਿਬ ਹੋਰ ਸਾਰੇ ਆਏ ਸੀ ਜੀ, ਕਰਿਆਨਾ ਮਰਚੈਂਟ ਦੇ ਪ੍ਰਧਾਨ, ਉਹਨਾਂ ਨਾਲ ਡਿਸਕਸ ਕੀਤੀ, ਜਿਹੜੀਆਂ ਸਾਡੇ ਵਾਰਡ 'ਚ 2-2, 4-4 ਦੁਕਾਨਾਂ ਦੇ ਅਸੀਂ ਮੋਬਾਈਲ ਨੰਬਰ 'ਤੇ ਨਾਮ ਦੇ ਤੇ, ਜੋ ਸਾਡੇ ਵਾਰਡ ਦੀ ਰਿਕੁਆਇਰਮੈਂਟ ਹੋਊਗੀ ਅਸੀਂ ਆਪਣਾ ਸਮਾਨ ਉਹਨਾਂ ਤੋਂ ਕਲੈਕਟ ਕਰਕੇ ਘਰ ਘਰ ਅਸੀਂ ਪਹੁੰਚਾਵਾਂਗੇ। ਕੋਈ ਵੀ ਦੁੱਖ ਤਕਲੀਫ ਅਸੀਂ 24 ਘੰਟੇ ਵਾਰਡ 'ਚ